ਪੰਜਾਬ ਦੀਆਂ ਜੇਲ੍ਹਾਂ 'ਚੋਂ ਨਿੱਤ ਦਿਨ ਹੁੰਦੀਆਂ ਵਾਰਦਾਤਾਂ ਸਵਾਲਾਂ ਦੇ ਘੇਰੇ 'ਚ ਰਹਿੰਦੀਆਂ ਨੇ। ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ 'ਚੋਂ ਵਿੱਕੀ ਗੋਂਟਰ ਨਾਮੀ ਗੈਂਗਸਟਰ ਦੇ ਫਰਾਰ ਹੋ ਜਾਣ ਤੋਂ ਬਾਅਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਹੋਣ ਦੀ ਖਬਰ ਨੇ ਜੇਲ੍ਹ ਦੀਆਂ ਸੁਰੱਖਿਆ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਇਸ ਤੋਂ ਇਲਾਵਾ ਪੰਜਾਬ ਦੇ ਲੁਧਿਆਣਾ ਕਪੂਰਥਲਾ ਦੀਆਂ ਜੇਲ੍ਹਾਂ 'ਚੋਂ ਹੋਰ ਨਿੱਕੀਆਂ ਵੱਡੀਆਂ ਵਾਰਦਾਤਾਂ ਜਾਂ ਫਿਰ ਕੈਦੀ ਦੀਆਂ ਆਪਸੀ ਝੜਪਾਂ ਦੀਆਂ ਖਬਰਾਂ ਸੁਰਖੀਆਂ ਬਣਨ ਤੋਂ ਪਿੱਛੇ ਨਹੀਂ ਰਹੀਆਂ। ਅਜਿਹੀ ਹੀ ਇੱਕ ਹੋਰ ਖਬਰ ਨਾਭਾ ਦੀ ਸੁਰੱਖਿਅਤ ਜੇਲ੍ਹ 'ਚੋਂ ਸਾਹਮਣੇ ਆਈ ਹੈ, ਜਿੱਥੇ ਤਿੰਨ ਗੈਂਗਸਟਰਾਂ ਵੱਲੋਂ ਜੇਲ੍ਹ ਵਾਰਡਨ ਦਾ ਡੰਡਾ ਖੋਹ ਕੇ ਕੈਦੀ ਕਰਮਜੀਤ ਸਿੰਘ ਦੇ ਸਿਰ 'ਤੇ ਵਾਰ ਕਰ ਦਿੱਤਾ, ਜਿਸ ਤੋਂ ਬਾਅਦ ਕੈਦੀ ਬੇਹੋਸ਼ ਹੋ ਗਿਆ। ਇਸ ਮਗਰੋਂ ਕੈਦੀ ਨੂੰ ਗੰਭੀਰ ਰੂਪ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਆਪਣੇ ਨਾਲ ਹੋਈ ਕੁੱਟਮਾਰ ਬਾਰੇ ਕੈਦੀ ਦਾ ਕਹਿਣਾ ਹੈ ਕਿ ਮੇਰੇ ਨਾਲ ਨਜਾਇਜ਼ ਕੁੱਟਮਾਰ ਕੀਤੀ ਗਈ ਹੈ ਅਤੇ ਨਾਲ ਹੀ ਉਸ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮੇਰਾ ਨਾਮ ਕਰਮਜੀਤ ਸਿੰਘ ਜੀ, ਥੋੜ੍ਹਾ ਲਾਊਡ ਬੋਲੋ। ਮੇਰਾ ਨਾਮ ਕਰਮਜੀਤ ਸਿੰਘ ਜੀ, ਜਿਨ੍ਹਾਂ ਨੇ ਮੈਨੂੰ ਕੁੱਟਿਆ ਜੀ, ਰੂਪਾ, ਸ਼ਰਨੀ ਅਤੇ ਜੱਗਾ ਜੀ, ਜਿਨ੍ਹਾਂ ਨੇ ਪਹਿਲਾਂ ਮੁੰਡਾ ਨਹੀਂ ਕੁੱਟਿਆ ਤੇ ਅੱਜ 2 ਮਹੀਨਾ ਪਹਿਲਾਂ ਗੁਰਮੇਲ ਸਿੰਘ, ਉਹਨਾਂ ਨੇ ਉਹ ਕੁੱਟਿਆ ਸੀਗਾ, ਫਿਰ ਉਹਨਾਂ ਦਾ ਬਾਅਦ 'ਚ ਸਮਝੌਤਾ ਹੋ ਗਿਆ ਸੀ, ਉਹਨਾਂ ਨੇ ਕੁੱਟਿਆ ਮੈਨੂੰ। ਮੈਂ ਛੁੱਟੀ ਕੱਟ ਕੇ ਆਇਆ ਸੀਗਾ, ਹੁਣ ਮੈਨੂੰ 5 ਕੁ ਦਿਨ ਹੋਏ ਨਹੀਂ। ਮੈਂ ਬਾਹਰ ਪੰਜੇ 'ਚ ਵੀ ਆਉਣਾ ਗਾ, ਇੱਥੇ ਮਤਲਬ ਸਾਬਲੀ ਕੋਠੀ ਜੇਲ੍ਹ 'ਚੋਂ ਬਾਹਰੇ। ਮੈਂ ਅੰਦਰ ਉਹਨਾਂ ਦਾ ਕੋਈ ਆਪਦਾ ਰੌਲਾ ਸੀ, ਕੋਈ ਪਤਾ ਨਹੀਂ ਕਿਲੋ ਚਿੱਟਾ ਚੁੱਟਾ ਲਿੱਤਾ, ਉਹਨਾਂ ਦਾ ਆਪ 'ਚ ਕੋਈ ਫੋਨ 'ਤੇ ਕੋਈ ਰੌਲਾ ਚੱਲਦਾ ਸੀ। ਉਹ ਆਪ 'ਚ ਲੜ ਪਏ, ਜਦੋਂ ਮੈਂ ਛੁਡਾਉਣ ਗਿਆ, ਉਹਨਾਂ ਨੇ ਮੈਨੂੰ ਬਹੁਤ ਕੁੱਟਿਆ। ਉਹ ਮੁੰਡੇ ਤਾਂ ਉਹਨਾਂ ਨੇ ਮਾਰੀ ਨਹੀਂ, ਕਿ ਮੇਰੇ ਜ਼ਿਆਦਾ ਮਾਰੀ, ਮੇਰਾ ਕੋਈ ਲੱਗ ਗਿਆ ਦੇਗਾ ਮੁੰਡੇ ਦੀ। ਉਹ ਜਦੋਂ ਜਦੋਂ ਹੁਣ ਪੁਲਿਸ ਇਨਕੁਆਇਰੀ ਕਰੂਗੀ, ਸਾਰਿਆਂ ਨੂੰ ਚੱਕ ਕੇ ਲਊਗੀ, ਸਾਰਾ ਲਿਖੂਗਾ ਖੁਲਾਸਾ, ਨੂੰ ਵੀ ਕੀ ਖੁਲਾਸਾ, ਉਹ ਚਿੱਟੇ ਦਾ ਕੀ ਰੌਲਾ ਕਿਲੋ ਦਾ। 4 ਲੱਖ ਰੁਪਈਆ ਬਦਲ ਉਹਨੇ ਦਿੱਤਾ ਹੋਇਆ, 8 ਲੱਖ 'ਚ ਉਹਨਾਂ ਤੋਂ ਕੋਈ ਗੱਲ ਹੋਈ ਸੀ, ਉਹ ਸਾਰਾ ਜਦੋਂ ਪੁਲਿਸ ਇਨਕੁਆਇਰੀ ਕਰੂਗੀ ਸਾਰਾ ਕੁਛ ਨਿਕਲੂਗਾ। ਉਹਨਾਂ ਨੇ ਮੇਰੇ ਨਜਾਇਜ਼ ਹੀ ਸੱਟਾਂ ਮਾਰੀ, ਉਹ ਆਪ 'ਚ ਜਦੋਂ ਲੜਨ ਲੱਗ ਰਹੀ, ਤੂੰ ਮੈਂ ਕਰਨ ਲੱਗ ਰਹੀ, ਮਾਂ ਵੀਰੇ ਕੀ ਗੱਲ ਹੋਊਗੀ, ਉਹ ਕਹਿੰਦੇ ਤੇਰੇ ਨਾਲ ਕੀ ਗੱਲਬਾਤ, ਉਹਨਾਂ ਨੇ ਮੇਰੇ ਥੱਪੜ ਮਾਰਿਆ। ਜਦੋਂ ਮੇਰੇ ਮਾਰਿਆ, ਮੈਂ ਵੀ ਹੱਥ ਪਾਈ ਕਰਨ ਲੱਗ ਗਿਆ, ਉਹਨਾਂ ਨੇ ਫਿਰ ਸਾਰੇ ਜਣੇ ਨੇ ਰਲ ਕੇ ਮੈਨੂੰ ਬਹੁਤ ਕੁੱਟਿਆ। ਕਿੰਨੇ ਜਣੇ ਸੀਗੇ? 3 ਜਣੇ। ਕਿਹੜੇ ਗੈਂਗ ਨਾਲ ਸੰਬੰਧਿਤ? ਉਹ 20 ਚੱਕੀਆਂ 'ਚ ਰਹਿੰਦੇ ਨੇ। ਜੇਲ੍ਹ ਵਾਲਿਆਂ ਦੀ ਗਲਤੀ ਸਭ ਤੋਂ ਵੱਡੀ ਤਾਂ ਵੀ ਉਹ 20 ਚੱਕੀ ਵਾਲੇ ਨੇ ਜਿਹੜੇ, ਉਹਨਾਂ ਨੂੰ ਇੱਧਰ ਕਿਉਂ ਆਉਣ ਦਿੱਤਾ ਜਾਂਦਾ ਸਿੰਪਲ ਹਾਦਸਿਆਂ ਦੇ ਵਿੱਚ, ਜਦੋਂ ਉੱਥੇ ਸਿਕਿਉਰਿਟੀ ਲੱਗੀ ਹੋਈ ਹੈ, ਸਿਕਿਉਰਿਟੀ 'ਚ ਰਹਿੰਦੇ ਨੇ ਉਹ ਫਿਰ ਵੀ ਇੱਧਰ ਆ ਕੇ ਇੱਧਰ ਆ ਕੇ ਮਾਰ ਗਏ। ਗੈਂਗਸਟਰ ਨੇ? ਗੈਂਗਸਟਰ ਨੇ ਕਿਹੜੇ? ਸ਼ਰਨੀ, ਰੂਪਾ। ਸ਼ਰਨੀ ਅਤੇ ਰੂਪਾ ਦੋ, ਇੱਕ ਜੱਗਾ ਜਿਹੜਾ ਉਹ ਪਤਾ ਨਹੀਂ ਗੈਂਗਸਟਰ, ਪਤਾ ਨਹੀਂ ਨੋਰਮਲ, ਉਹਦੇ ਬਾਰੇ ਮੈਨੂੰ ਪਤਾ ਨਹੀਂ। ਕਿੱਥੇ ਦਿਨ ਰਹਿਣ ਵਾਲੇ? ਇੱਕ ਤਾਂ ਮੁੰਡਾ ਤਾਂ ਹਵੇਲੀਆਂ ਦਾ ਜੀ ਸ਼ਾਇਦ, ਇੱਕ ਲੁਧਿਆਣੇ ਦਾ ਜੱਗਾ, ਇੱਕ ਮੁੰਡੇ ਬਾਰੇ ਮੈਂ ਜਾਣਦਾ। ਤੁਹਾਡੇ ਕਿਸ ਨਾਲ ਵਾਰ ਕੀਤਾ, ਕਿਹੜੀ ਚੀਜ਼ ਨਾਲ ਵਾਰ ਕੀਤਾ? ਮੇਰੇ ਜੀ ਇੱਕ ਤਾਂ ਕੜਾ ਮਾਰਿਆ ਸਿਰ 'ਚ, ਇੱਕ ਮੁਲਾਜ਼ਮ ਦੀ, ਉਹ ਮੁਲਾਜ਼ਮ ਉੱਥੇ ਖੜ੍ਹੇ ਨੇ ਜੇਲ੍ਹ ਦੇ, ਉਹਨਾਂ ਦੀ ਡਾਂਗ ਖੋਹ ਕੇ ਮੇਰੇ ਸਿਰ 'ਚ ਮਾਰੀ। ਮੁਲਾਜ਼ਮ ਨੇ ਮੈਨੂੰ ਛੁਡਾਇਆ ਨਹੀਂ ਕਿਸੇ ਨੇ, ਜਦੋਂ ਕੁੱਟ ਕੱਟ ਕੇ ਆਪ ਹਟ ਗਏ, ਮੁਲਾਜ਼ਮ ਦੀ ਕਿਸੇ ਦੀ ਹਿੰਮਤ ਨਹੀਂ ਪਈ, ਸਾਰੇ ਮੁਲਾਜ਼ਮ ਵਾਲੇ ਦਲੇ ਖੜ੍ਹੇ। ਚੱਕਰ ਹੌਲਦਾਰ ਕੋਲ ਐਡਾ ਡੰਡਾ ਹੁੰਦਾ ਜਿਹੜਾ ਛੋਟਾ ਜਿਹਾ, ਉਹ ਮਾਰਿਆ ਮੇਰੇ ਖੋਹ ਕੇ ਸਿਰ 'ਚ ਉਹਨਾਂ ਨੂੰ। ਡਰਦੇ ਨੇ ਬਹੁਤ ਜ਼ਿਆਦਾ, ਉਹਨਾਂ ਦਾ ਧੱਕਾ ਬਹੁਤ ਕਰਦੇ ਨੇ ਅੰਦਰ, ਉਹਨਾਂ ਨੂੰ ਕੋਈ ਫੋਨ ਚਲਾਉਂਦੇ ਨੇ ਸਰੇਆਮ, ਕੋਈ ਨਹੀਂ ਪੁੱਛਦਾ ਉਹਨੂੰ। ਤੁਹਾਡੇ ਕਿੱਥੇ ਕਿੱਥੇ ਸੱਟ ਰਹੇ? ਕੀ ਮੇਰੇ ਸਿਰ 'ਚ? ਡਾਕਟਰ ਸਾਹਿਬ ਨੂੰ ਪਤਾ, ਮੈਨੂੰ ਤਾਂ ਦੱਸਿਆ ਨਹੀਂ, ਖਾਸੇ ਟਾਂਕੇ ਨੇ, 15-20 ਟਾਂਕੇ ਹੈਗੇ ਨੇ। ਪੈਰ 'ਤੇ ਮਾਰੀ, ਇੱਕ ਹੱਥ 'ਤੇ, ਇੱਕ ਗੋਡੇ 'ਤੇ, ਇੱਕ ਮੋਢੇ 'ਤੇ, ਸਵੇਰੇ ਐਕਸਰੇ। ਬਿਲਕੁਲ ਸੁਰੱਖਿਆ ਨਹੀਂ ਹੈਗੀ ਜੀ। ਮੈਂ ਕਹਿੰਦੀ ਨਾ, ਮੁਲਾਜ਼ਮ ਲਵੇ ਖੜ੍ਹੇ ਸੀ, ਮੁਲਾਜ਼ਮ ਨੇ ਆਇਆ ਨਹੀਂ, ਕਿਸੇ ਨੇ ਕਿਹਾ ਵੀ ਕਿਉਂ ਮਾਰ ਦਿਓ, ਉਹਨਾਂ ਦੀ ਹਿੰਮਤ ਹੀ ਨਹੀਂ ਵੀ ਉਹ 'ਤੇ ਡੰਡਾ ਖੋ ਕੇ ਉਹੀ ਮਾਰਿਆ ਮੇਰੇ। ਪਹਿਲਾਂ ਮੇਰੇ ਕੜੇ ਮਾਰੇ, ਜਦੋਂ ਮੁਲਾਜ਼ਮ ਆ ਗਏ, ਮੁਲਾਜ਼ਮ ਦਾ ਜਿਹੜਾ ਡੰਡਾ ਸੀ ਉਹ ਮਾਰਿਆ ਸਿਰ 'ਚ, ਮੇਰੇ 3 ਥਾਂ 'ਤੇ ਟੰਕੇ ਨੇ। ਮਾਰ ਸਕਦੀ ਸੀਗੀ। ਕਿਹਨੇ ਛੜਾਇਆ?
ਕਿਸੇ ਨੇ ਨਹੀਂ ਛੜਾਈ, ਆਪ ਹੀ ਕੁੱਟ ਕੇ ਅੱਡ ਕੇ ਫਿਰ ਮੈਨੂੰ ਬੇਹੋਸ਼ ਹੋ ਗਏ ਸੀ ਜੀ। ਹੁਣ ਕੀ ਮੰਗ ਕਰਦੇ? ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਨੂੰ ਇਨਸਾਫ ਦਿਵਾਇਆ ਜਾਵੇ। ਜੇਲ੍ਹ 'ਚ ਜੀ ਉਹਨਾਂ ਦੀ ਚੱਲਦੀ ਹੈ, ਗੈਂਗਸਟਰਾਂ ਦੀ ਕੋਈ ਨਹੀਂ ਪੁੱਛਦਾ ਜੀ ਸਾਡੇ ਵਰਗੇ ਨੂੰ। ਅੰਦਰ ਸਰੇਆਮ ਉੱਚੇ ਖੱਡੇ ਲਾ ਰੱਖੇ ਨੇ, ਤੁਸੀਂ ਜੇ ਮੀਡੀਆ ਕਦੇ ਜਾਵੇ ਉਹਨਾਂ ਦੇ ਦੇਖੇ ਉੱਥੇ ਮਾਹੌਲ ਜਾ ਕੇ, ਉੱਪਰ ਉਹਨਾਂ ਦੇ ਖੱਡੇ ਲੱਗੇ ਨੇ, ਆਮ ਬੰਦੇ ਥੱਲੇ ਛੇਤੀ ਛੇਤੀ ਖੱਡਾ ਨਹੀਂ ਲੰਘਣ ਦਿੰਦੇ, ਸਾਰੀ ਜਗ੍ਹਾ ਰੁਕੀ ਖੜੇ ਨੇ, ਉੱਪਰ ਸਪੈਸ਼ਲ ਖੱਡੇ ਉੱਚੇ ਲਵਾ ਕੇ ਲਵਾਏ ਹੋਏ ਨੇ ਉਹਨਾਂ ਦੇ ਅੰਦਰ। ਜੇਲ੍ਹ ਦੇ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਤਾ ਲੱਗਿਆ ਸੀ ਕਿ ਕੈਦੀ ਨਾਲ ਕੁੱਟਮਾਰ ਹੋਈ ਹੈ, ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲੈ ਕੇ ਆਇਆ। ਉਹ ਜੇ ਫੋਨ ਆਇਆ ਸੀਗਾ ਵੀ ਕੁਛ ਗੈਂਗਸਟਰ ਅੰਦਰ ਗੇਮ ਖੇਡਦੇ ਖੇਡਦੇ ਲੜ ਪਏ ਆਪਸ ਵਿੱਚ, ਅਤੇ ਸਾਡੀ ਟੀਮ ਜਦੇ ਉਸੇ ਟਾਈਮ ਪਹੁੰਚ ਗਈ, ਅਤੇ ਜਿਹਨਾਂ ਵਿੱਚੋਂ ਅਸੀਂ ਇਹ ਬੰਦੇ ਨੂੰ ਲੈ ਆਏ ਐਮਰਜੈਂਸੀ ਤੁਰੰਤ, ਸਿਰ ਵਿੱਚ ਸੱਟਾਂ ਸੁੱਟਾਂ ਵੱਜੀਆਂ ਨੇ ਅਤੇ ਠੀਕ ਹੈ, ਬਾਕੀ ਲੈ ਆਏ ਜਦੇ ਉਸੇ ਟਾਈਮ। ਦੋ ਕੁ ਜਗ੍ਹਾ 'ਤੇ ਦੋ ਦੋ ਤਿੰਨ ਤਿੰਨ ਟਾਂਕੇ ਨੇ, ਜ਼ਿਆਦਾ ਨਹੀਂ ਹੈ। ਠੀਕ ਹੈ, ਲੜਾਈ ਦਾ ਪਤਾ ਲੱਗਿਆ ਕਿਸ ਕਾਰਨ ਹੋਈ? ਗੇਮ ਖੇਡਦੇ ਖੇਡਦੇ ਆਪਸ ਵਿੱਚ ਪਤਾ ਲੱਗਿਆ ਵੀ ਕਿਸੇ ਗੱਲਾਂ ਤੋਂ ਆਪਸ ਵਿੱਚ ਬਹਿਸ ਹੋ ਗਈ ਉਹਨਾਂ ਦੀ। ਕਿਹੜੀ ਜੇਲ੍ਹ ਤੋਂ ਲੱਗਿਆ? ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।